ਸਿੱਖ ਦਸਤਾਰ ਦਿਵਸ ਅਸੀਂ ਤਕਰੀਬਨ 20 ਸਾਲ ਤੋਂ ਇਹਨੂੰ ਸੈਲੀਬ੍ਰੇਟ ਕਰ ਰਹੇ ਹਾਂ। ਇਹਦੇ ਪਿੱਛੇ ਭਾਵਨਾ ਇਨੀਸ਼ਲੀ ਜਦੋਂ ਫੋਰਨ 'ਚ ਸ਼ੁਰੂ ਹੋਇਆ ਤਾਂ ਇਹ ਸੀਗੀ ਕਿ ਜਿਹੜੀ ਆਈਡੈਂਟੀ ਕ੍ਰਾਈਸਿਸ ਹੈ ਉਦੋਂ ਉਹਨਾਂ ਦਿਨਾਂ 'ਚ ਜਿਹੜਾ 9-11 ਹੋ ਕੇ ਹਟਿਆ ਸੀ ਅਤੇ ਸਿੱਖ ਦੀ ਦਸਤਾਰ ਨੂੰ ਜਿਹੜਾ ਉਹ ਹੋਰ ਤਰੀਕੇ ਨਾਲ ਵੇਖਿਆ ਜਾ ਰਿਹਾ ਸੀਗਾ। ਉਹਦੇ ਲਈ ਸੀਗਾ ਕਿ ਅਵੇਅਰਨੈਸ ਕੈਂਪੇਨ ਸ਼ੁਰੂ ਕੀਤਾ ਜਾਏ। ਅਸੀਂ ਇੱਥੇ ਜਦੋਂ ਦਸਤਾਰਸ ਸਜਾਉਂਦੇ ਹਾਂ ਉਹਦੇ ਪਿੱਛੇ ਸਾਡੀ ਭਾਵਨਾ ਹੈ ਕਿ ਅਸੀਂ ਉਹਨਾਂ ਲੋਕਾਂ ਨੂੰ ਜਿਹੜੇ ਦਸਤਾਰ ਨਾਲ ਉਹ ਟੁੱਟ ਗਏ ਨੇ ਉਹਨਾਂ ਨੂੰ ਵਾਪਸ ਲੈ ਕੇ ਆਉਣਾ ਚਾਹੁੰਦੇ ਹਾਂ ਅਤੇ ਤਾਂ ਕਿ ਉਹ ਸਿੱਖੀ ਫੋਲਡ 'ਚ ਵਾਪਸ ਆ ਸਕਣ। ਨਹੀਂ, ਇਸ ਤਰ੍ਹਾਂ ਮੈਂ ਇਨ ਟੋਟੈਲਿਟੀ ਨਹੀਂ ਕਹਾਂਗਾ ਕਿ ਸਾਰੇ ਸਿੱਖ ਇਹ ਰਾਹ ਛੱਡ ਗਏ। ਤੁਹਾਨੂੰ ਇਹ ਸਜਾਉਣ ਵਾਲਿਆਂ 'ਚ ਵੀ ਵੇਖੋ ਬਹੁਤ ਵੱਡੀ ਲਾਈਨ ਹੈ ਅਤੇ ਗੱਲ ਕਰਕੇ ਵਾਪਸ ਲਿਆਉਣ ਵਾਲਿਆਂ 'ਚ ਵੀ ਬੇਟਾ ਇੱਧਰ ਆਈ, ਇੱਧਰ ਆ ਬੇਟਾ, ਇਹ ਦੇਖੋ ਇਹ ਬੱਚਾ ਹੈ ਨਾ, ਇਹਨੂੰ ਸਿੱਖ ਇਤਿਹਾਸ ਦਾ ਵੀ ਪਤਾ ਹੈ ਅਤੇ ਅੱਜ ਥੋੜ੍ਹੀ ਜਿਹੀ ਗੱਲ ਹੋਈ ਹੈ ਅਤੇ ਬੱਚਾ ਤੁਸੀਂ ਦੇਖਿਓ ਆਉਣ ਵਾਲੇ ਸਮੇਂ ਦਾ ਸਿੱਖੀ ਦਾ ਸਾਰਿਆਂ ਨਾਲੋਂ ਵੱਡਾ ਲੰਬੜਦਾਰ ਬਣੇਗਾ। ਗੱਲ ਤਾਂ ਇਹ ਹੈ ਕਿ ਗੱਲ ਖਤਮ ਨਹੀਂ ਹੋਈ ਕਿਤੇ ਵੀ। ਕੁਝ ਕੁ ਲੋਕ ਜਿਨ੍ਹਾਂ ਦੇ ਮੈਨੂੰ ਲੱਗਦਾ ਕਿ ਉਹਨਾਂ ਬੱਚਿਆਂ ਦਾ ਵੀ ਕਸੂਰ ਨਹੀਂ ਹੈ, ਕਈ ਵਾਰੀ ਪੇਰੈਂਟਿੰਗ 'ਚ ਅਸੀਂ ਜਿਹੜੀਆਂ ਚੀਜ਼ਾਂ ਪੂਰੀਆਂ ਕਰਨੀਆਂ ਹੁੰਦੀਆਂ ਨੇ, ਅਸੀਂ ਬੱਚੇ ਦੀ ਰੋਟੀ ਦਾ ਧਿਆਨ ਰੱਖਦੇ ਹਾਂ, ਅਸੀਂ ਬੱਚੇ ਦੇ ਬਾਕੀ ਕੱਪੜਿਆਂ ਦਾ ਧਿਆਨ ਰੱਖਦੇ ਹਾਂ, ਸਕੂਲ ਦਾ ਧਿਆਨ ਰੱਖਦੇ ਹਾਂ, ਪਰ ਜਿੱਥੇ ਸਿੱਖੀ ਦੀ ਗੱਲ ਆਉਂਦੀ ਜਾਂ ਧਰਮ ਦੀ ਗੱਲ ਆਉਂਦੀ ਹੈ ਉੱਥੇ ਅਸੀਂ ਕਿਤੇ ਨਾ ਕਿਤੇ ਥਿੜਕ ਜਾਂਦੇ ਹਾਂ। ਮਾਤਾ ਪਿਤਾ ਨੂੰ ਅੱਜ ਆਪਣਾ ਤਰੀਕਾ ਬਦਲਣਾ ਪੈਣਾ, ਬੱਚੇ ਨਾਲ ਉਹਨਾਂ ਨੂੰ ਗੱਲਬਾਤ ਡਾਇਲੋਗ ਸ਼ੁਰੂ ਕਰਨਾ ਪੈਣਾ ਅਤੇ ਉਹ ਦਿਨ ਦੂਰ ਨਹੀਂ ਹੈ ਕਿ ਤੁਹਾਨੂੰ ਕੋਈ ਵੀ ਬੱਚਾ ਇੱਦਾਂ ਦਾ ਨਜ਼ਰ ਨਹੀਂ ਆਏਗਾ ਜਿਹਦੇ ਸਿਰ 'ਤੇ ਕੇਸ ਅਤੇ ਦਸਤਾਰ ਨਹੀਂ ਹੋਏਗੀ। ਦੇਖੋ ਅਸੀਂ ਇਹ ਮੰਨ ਕੇ ਤੁਰਦੇ ਹਾਂ ਕਿ 30-40% ਲੋਸ ਹੁੰਦਾ ਕਿ ਕੰਟੀਨਿਊਟੀ ਨਹੀਂ ਰਹਿੰਦੀ, ਪਰ 60-70% ਜਿਹੜਾ ਉਹ ਸਕਸੈਸਫੁਲੀ ਅਡੋਪਟ ਹੋ ਜਾਂਦਾ ਹੈ ਪ੍ਰੋਗਰਾਮ, ਕਿਉਂਕਿ ਗੱਲ ਕਹਿਣ ਖੁਣੋਂ ਰੁਕੀ ਹੁੰਦੀ ਹੈ ਅਤੇ ਉਹ ਜਦੋਂ ਗੱਲ ਕਮਿਊਨੀਕੇਟ ਹੋ ਜਾਂਦੀ ਹੈ ਤਾਰ ਜੁੜ ਜਾਂਦੀ ਹੈ। ਨਾਲੇ ਅੱਜ ਜਿਹੜੀ ਜਗ੍ਹਾ 'ਤੇ ਅਸੀਂ ਖੜ੍ਹੇ ਹਾਂ ਇਹ ਜਗ੍ਹਾ 'ਤੇ ਗੁਰੂ ਰਾਮਦਾਸ ਪਾਤਸ਼ਾਹ ਦੇ ਘਰ ਨੂੰ ਜਾਂਦੀ ਜਗ੍ਹਾ, ਇਹਦਾ ਆਪਣਾ ਵੀ ਇੱਕ ਪ੍ਰਭਾਵ ਹੈ, ਇਸ ਕਰਕੇ ਇਹ ਗੱਲ ਲੰਬੀ ਜਾਏਗੀ।